ਅਸਲਾਮ ਵਾਲੇਕਮ ਜੀ ਅੱਜ ਅਸੀਂ ਤੁਹਾਡੇ ਨਾਲ ਜਨਾਬ ਹਾਜ਼ਰ ਹਾਂ ਕਬੱਡੀ ਦੀ ਦੁਨੀਆ ਵਿੱਚ ਤੇ ਅੱਜ ਇੱਕ ਅਸੀਂ ਮੈਚ ਤੇ ਪਹੁੰਚੇ ਆ ਤੇ ਉਸ ਤੋਂ ਪਹਿਲੇ ਇੱਕ ਨਾ ਮੁੰਡਾ ਆਪਣੇ ਨਾਲ ਹੈਗਾ ਵਾ ਸਟਾਰ ਜਨਾਬ ਉਹਦੇ ਨਾਲ ਗੱਲਬਾਤ ਕਰਾਂਗੇ ਨਾਲੇ ਪੁੱਛਾਂਗੇ ਕਿ ਉਹਦਾ ਉਸਤਾਦ ਕਿਹੜਾ ਵਾ ਤੇ ਇਹ ਇਹਨੂੰ ਸਾਰੇ ਨਾਲ ਪੁੱਛਦੇ ਆ ਕਿ ਇਹਨੇ ਕਬੱਡੀ ਨੂੰ ਕਿੰਨੀ ਦੇਰ ਹੋ ਗਈ ਸ਼ੁਰੂ ਕੀਤੇ ਆ ਨੋ ਤੇ ਬਾਕੀ ਹੋਰ ਵੀ ਇਹਦੇ ਮਾਮਲੇ ਪੁੱਛਾਂਗੇ ਤਿਆਰੀ ਸ਼ਿਆਰੀ ਕਿੱਦਾਂ ਹੁੰਦੀ ਆ ਤੇ ਆਓ ਜੀ ਇਹਦੇ ਨਾਲ ਗੱਲ ਕਰੀਏ ਅਸਲਾਮ ਵਾਲੇਕਮ ਜੀ ਵਾਅਲੈਕਮ ਅਸਲਾਮ ਭਾਜੀ ਕੀ ਨਾਮ ਆ ਆਪਣਾ ਅਰਸਲਾਨ ਪੱਟੇ ਅਸਲਾਨ ਭੱਟੀ ਤੇ ਉਸਤਾਦ ਜੀ ਆਪਣਾ ਨਾਂ ਆਪਣਾ ਜਿਹੜਾ ਉਸਤਾਦ ਆ ਉਹਦਾ ਕੀ ਨਾਂ ਮਲਕ ਬਾਵਰ ਮਲਕ ਬਾਵਰ ਤੇ ਉਸਤਾਦ ਕਿੰਨੀ ਦੇਰ ਹੋ ਗਈ ਕਬੱਡੀ ਸ਼ੁਰੂ ਕੀਤੇ ਆ तकरीबन ਹੋਈ ਚੱਲੇ ਆ 6-7 ਸਾਲ 6-7 ਸਾਲ ਤੇ ਕੋਈ ਐਸਾ ਮੈਚ ਹੋਵੇ ਜਿਹੜਾ ਬਹੁਤ ਅੱਛਾ ਮੈਚ ਖੇਡਿਆ ਹੋਵੇ ਜਿਹਦੇ ਵਿੱਚ ਤੁਸੀਂ ਬੈਸਟ ਹੋਏ ਹੋ ਹਾਂਜੀ ਕਿਹੜਾ ਕਿੱਥੇ ਖੇਡਿਆ ਮੈਂ ਆਪਣੇ ਪਿੰਡ ਵੀ ਕਾਫੀ ਦਫਾ ਬੈਸਟ ਹੋਇਆ ਵਾ ਅੱਛਾ ਚਾਰਚਾ ਕੇ ਵੀ ਬੈਸਟ ਹੋਇਆ ਸਹੀ ਹੈ ਦੋ ਤਿੰਨ ਦਫਾ ਸਹੀ ਹੈ ਹੋਰ ਵੀ ਮੁਕਤਿਰ ਪਿੰਡਾਂ ਦੇ ਵਿੱਚ ਬੈਸਟ ਕਾਫੀ ਦਫਾ ਹੋ ਗਿਆ ਸਹੀ ਹੋ ਗਿਆ ਸਾਰੇ ਤਾਂ ਯਾਦਗਾਰ ਮੈਚ ਆਈ ਸੀ ਜਿਹੜਾ ਸਾਡੇ ਪਿੰਡ ਹੋਇਆ ਨਾਈਟ ਮੈਚ ਹੋਇਆ ਸੀ ਉਹਦੇ ਵਿੱਚ ਜਾਨੀ ਕਿ ਮੈਂ ਚੀਫ ਪਰਫਾਰਮੈਂਸ ਦਿੱਤੀ ਸੀ ਸਹੀ ਹੈ ਅੱਛਾ ਮਤਲਬ ਕਿ ਜਿਹੜੀ ਕਬੱਡੀ ਆਪ ਸ਼ੁਰੂ ਕੀਤੀ ਹੈ ਮੈਂ ਆਪ ਸ਼ੁਰੂ ਕੀਤੀ ਮਤਲਬ ਕਿ ਵੱਡੇ ਰਾ ਕੋਈ ਵੀ ਨਹੀਂ ਸੀ ਹੈ ਨਹੀਂ ਵੰਡੇ ਰਾ ਸੱਚ ਨਹੀਂ ਮਿਲੀ ਨਹੀਂ ਨਹੀਂ ਮੈਂ ਆਪ ਸ਼ੁਰੂ ਕੀਤੀ ਹਾਂਜੀ ਤੇ ਜਿਹੜਾ ਤੁਹਾਡਾ ਉਸਤਾਦ ਆ ਉਹ ਤੁਹਾਨੂੰ ਕਿੰਨੀ ਕਿ ਤਿਆਰੀ ਲਵਾਉਂਦਾ ਉਸਤਾਦ ਤਿਆਰੀ ਲਗਵਾਉਂਦਾ ਕਾਫੀ ਲਗਵਾਉਂਦਾ ਕੋਈ ਅੱਧੇ ਪੌਣੇ ਘੰਟੇ ਦੇ ਉਸਤਾਦ ਪੀਟੀ ਕਰਵਾਉਂਦਾ ਵਾ ਹੋਰ ਨਾਲ ਗੇਮ ਸ਼ੇਮ ਕਰਵਾਉਂਦਾ ਹਾਂ ਤੇ ਗਰਾਊਂਡ 'ਚ ਮੁੰਡੇ ਕਿੰਨੇ ਜਾਂਦੇ ਮੁੰਡੇ ਹੈ ਤਕਰੀਬਨ ਐਵੇਂ ਕਹੀਏ ਜ਼ਿਆਦਾ ਤੇ ਨਹੀਂ 10 10 15 ਮੁੰਡੇ ਹੁੰਦੇ ਆ ਆਮ ਰੂਟੀਨ ਤੇ ਅੱਛਾ ਤੇ ਕੋਈ ਛੋਟੇ ਵੀ ਆ ਵਿੱਚੋਂ ਬਕਾਇਆ ਸੀਨੀਅਰ ਵੀ ਆ ਮੁੰਡੇ ਵੱਡੇ ਵੀ ਆ ਫਿਰ ਅਸੀਂ ਵੀ ਆ ਨਾਲ ਤਕਰੀਬਨ 15 ਕ ਮੁੰਡੇ ਹੋ ਜਾਂਦੇ ਨਾਲ ਕਬੱਡੀ ਸ਼ੁਰੂ ਕੀਤੇਆਂ ਨੂੰ ਕਿੰਨੇ ਕ ਦੇਰ ਹੋ ਗਈ ਹੈ ਤੇ ਕਿਦਾਂ ਸ਼ੌਕ ਪਿਆ ਤੁਹਾਨੂੰ ਕਬੱਡੀ ਦਾ ਸ਼ੌਕ ਤਾਂ ਬਚਪਨ ਤੋਂ ਸੀ ਯਾਨੀ ਕਿ ਦੇਖੀਦਾ ਸੀ ਵੱਡਿਆਂ ਨੂੰ ਖੇਡਦੇਆਂ ਨੂੰ ਤੇ ਉਸ ਤੋਂ ਬਾਅਦ ਆਪ ਖੇਲਣ ਲੱਗ ਪਏ ਛੋਟੇ ਛੋਟੇ ਹੁੰਦੇ ਸੀ ਸਹੀ ਹੋ ਗਿਆ ਉਹ ਐਸਾ ਸ਼ੌਕ ਪਿਆ ਕਦੀ ਫਿਰ ਐਸ ਗੇਮ ਤੋਂ ਬਾਹਰ ਜਾਣ ਨੂੰ ਦਿਲ ਨਹੀਂ ਕੀਤਾ ਸਹੀ ਹੋ ਗਿਆ ਤੇ ਮਤਲਬ ਕਿ ਤੁਹਾਨੂੰ ਇਹ ਕਬੱਡੀ ਦੀ ਦੁਨੀਆ ਦੇ ਜਿੰਨੀ ਦੇਰ ਹੋ ਗਈ ਆਇਆਂ ਨੂੰ ਤੇ ਇਹਦੇ ਵਿੱਚ ਤੁਹਾਨੂੰ ਜਾਣ ਪਛਾਣ ਤੇ ਜਿਹੜੀ ਤੁਹਾਨੂੰ ਇੱਜ਼ਤ ਮਿਲੀ ਆ ਉਹ ਮਤਲਬ ਕਿੰਨੀ ਕੁ ਮਿਲੀ ਆ ਅੱਲਾ ਦਾ ਸ਼ੁਕਰ ਆ ਇੱਜ਼ਤ ਹਰ ਬੰਦਾ ਕਰਦਾ ਹਾਂਜੀ ਇੱਜ਼ਤ ਹੁੰਦੀ ਭਾਜੀ ਆਪਣੀ ਜ਼ੁਬਾਨ ਦੇ ਸਿਰ ਤੇ ਆਪਣੀ ਗੇਮ ਦੇ ਸਿਰ ਤੇ ਜੀ ਜੀ ਤੇ ਅੱਲਾ ਦਾ ਸ਼ੁਕਰ ਆ ਰੱਬ ਸੁਣੇ ਨੇ ਇੱਜ਼ਤ ਬਹੁਤ ਜ਼ਿਆਦਾ ਦਿੱਤੀ ਆ ਹਮ ਹਰ ਬੰਦਾ ਜਾਣਦਾ ਵੀ ਆ ਇੱਜ਼ਤ ਵੀ ਕਰਦਾ ਵਾ ਹਮ ਮੁਖਤਲਫ ਪਿੰਡਾਂ 'ਚ ਜਾਂਦਾ ਵਾ ਉੱਥੇ ਵੀ ਇੱਜ਼ਤ ਹੁੰਦੀ ਆ ਹਮ ਤੇ ਉਹਦੇ ਰੱਬ ਦਾ ਬੜਾ ਕਰਮ ਆ ਯਾਨੀ ਕਿ ਜੇ ਕੋ ਵੀ ਚੱਲ ਜੇ ਉਹ ਜਾਂਦਾ ਇੱਜ਼ਤ ਹੀ ਦਿੱਤੀ ਹੈ ਹਰ ਬੰਦੇ ਲੋ ਵੀ ਖੇਲੇ ਆ ਤੇ ਤੁਸੀਂ ਆਪਣੇ ਉਸਤਾਦ ਤੋਂ ਕਿੰਨੇ ਕੁ ਮੋਤਮੈਨ ਜਿਹੜੇ ਤੁਹਾਨੂੰ ਗੇਮ ਵੀ ਕਰਾਉਂਦੇ ਆ ਨਾਲ ਤੁਹਾਨੂੰ ਮੈਚ ਵੀ ਖੜਾਉਂਦੇ ਆ ਸਤਾ ਜੀ ਸਤਾ ਸਾਡਾ ਸਾਨੂੰ ਵੱਡ ਵੀ ਦਵੇ ਤੇ ਅਸੀਂ ਅਜੇ ਤੱਕ ਨਹੀਂ ਜਾਣੀ ਕਿ ਬੋਲੇ ਉਹ ਮਾਰ ਦਵੇ ਉਹ ਜੋ ਕੁਛ ਮਰਜੀ ਕਰੇ ਕੋਟ ਵੀ ਪੈਂਦੀ ਆ ਮੈਨੂੰ ਮੈਂ ਗ੍ਰਾਊਂਡ ਦੇ ਵਿੱਚ ਵੀ ਕੋਟ ਪੈਂਦੀ ਰਹੀ ਆ ਪਿੰਡਾਂ ਦੇ ਵਿੱਚ ਵੀ ਜਾ ਕੇ ਮੁਖਤਲੀ ਪਿੰਡਾਂ 'ਚ ਵੀ ਜਾਣੀ ਕਿ ਕੋਟ ਪੈਂਦੀ ਰਹੀ ਆ ਜਿੱਥੇ ਨਹੀਂ ਸੀ ਸਹੀ ਖੇਲੀਦਾ ਤੇ ਉਹੀ ਕੋਟ ਦਾ ਕਰਕੇ ਅੱਜ ਅੱਲਾ ਦਾ ਸ਼ੁਕਰ ਆ ਮੈਨੂੰ ਹਰ ਪਿੰਡ ਦੇ ਵਿੱਚ ਜਾਨੀ ਕਿ ਮੈਂ ਮੈਚ ਖੇលਦਾ ਤੇ ਚੰਗਾ ਖੇਲੀਦਾ ਵਾ ਹਰ ਬੰਦਾ ਜਾਨੀ ਕਿ ਚੰਗਾ ਖੇលਦਾ ਵਾ ਬਕਾਇਰ ਆਬ ਇੱਜ਼ਤ ਦਿੰਦਾ ਤੇ ਇਹ ਮੈਨੂੰ ਦੱਸੋ ਜਿਹੜੀਆਂ ਤੁਸੀਂ ਕਬੱਡੀ ਖੇਲਦੇ ਹੋ ਇਦੇ ਵਾਸਤੇ ਜ਼ੈਰੀਬਾਦ ਤੇ ਖੁਰਾਕ ਵੀ ਬਹੁਤ ਮਤਲਬ ਕਿ ਦੇਸੀ ਖੁਰਾਕ ਜਿਹੜੀ ਉਹ ਲਾਜ਼ਮੀ ਆ ਉਹ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੇ ਉਹ ਤੁਹਾਡਾ ਡੇਲੀ ਦਾ ਕਿੰਨਾ ਖਰਚਾ ਹੋ ਜਾਂਦਾ ਪਾਜੀ ਮੇਰਾ ਤੇ ਖਰਚਾ ਹੈਗਾ ਯਾਨੀ ਕਿ ਇੰਨਾ ਫੋਲਡ ਨਹੀਂ ਹੁੰਦਾ ਕੰਮ ਕਰਦਾ ਯਾਨੀ ਕਿ ਦਿਹਾਰੀ ਦਿਹਾਰੀ ਲਾ ਲੋ ਦਿਹਾਰੀ ਪਾਣੀ ਦਾ ਕੰਮ ਕਰਦਾ ਪਾਣੀ ਸਪਲਾਈ ਕਰਦਾ ਸਹੀ ਹੋ ਗਿਆ ਤੇ ਦਿਹਾਰੀ ਵਾਲਾ ਸਿਸਟਮ ਹੀ ਆ ਦਿਹਾਰੀ ਵਾਲਾ ਹੀ ਲਾ ਲੋ ਤੁਸੀਂ ਉਹਦੇ ਨਾਲ ਯਾਨੀ ਕਿ ਕੰਮ ਕਰਕੇ ਆ ਕੇ ਗੇਮ ਖਰੀਦੀ ਆ ਇਹ ਦੇ ਮੇਰੀ ਮਾ ਦੀਆ ਦਾਵਾ ਜਾਂ ਮੇਰੇ ਉਸਤਾਦ ਦਾ ਯਾਨੀ ਕਿ ਦਿੱਤਾ ਹੋਇਆ ਗੁਰ ਗੁਰ ਤਿਆਰੀ ਦਾ ਨਤੀਜਾ ਵਾ ਅਸੀਂ ਕਬੱਡੀ ਤੋਂ ਕਿੰਨਾ ਕੁ ਮੋਤਮੈਨ ਆ ਤੁਸੀਂ ਮੈਂ ਕਬੱਡੀ ਤੋਂ ਕਾਫੀ ਮੋਤਮੈਨ ਆ ਅੱਛਾ ਹਾਂਜੀ ਤੇ ਤੁਸੀਂ ਆਉਣ ਵਾਲੇ ਵਕਤ ਵਿੱਚ ਆਪਣੇ ਆਪ ਨੂੰ ਕਿੱਥੇ ਵੇਖ ਰਹੇ ਮੈਂ ਇਨਸ਼ਾ ਅੱਲਾਹ ਤਾਲਾ ਆਉਣ ਵਾਲੇ ਵਕਤ ਦੇ ਵਿੱਚ ਜਿਹਦੇ ਖੇਡਦਾ ਰਿਹਾ ਹਾਂਜੀ ਤੇ ਮੈਂ ਇਨਸ਼ਾ ਅੱਲਾਹ ਤਾਲਾ ਕੋਈ ਵੱਡੇ ਲੈਵਲ ਤੇ ਖੇਡਾਂਗਾ ਸਹੀ ਹੈ ਇਨਸ਼ਾ ਅੱਲਾਹ ਜੇਕਰ ਮੇਰੇ ਰੱਬ ਨੇ ਚਾਇਆ ਜੀ ਜੀ ਤੇ ਬਕਾਇਆ ਤੁਸੀਂ ਆ ਦੇਖਿਆ ਜਨਾਬ ਅੱਜ ਸਾਡੇ ਨਾਲ ਅਰਸलान ਪੱਟੀ ਸੀਗਾ ਤੇ ਉਹ ਕਹਿ ਰਿਹਾ ਵਾ ਕਿ ਆਣ ਵਾਲੇ ਵਕਤ ਚ ਅਸੀਂ ਜਨਾਬ ਜ਼ਰੂਰ ਕੁਛ ਨਾ ਕੁਛ ਬਣਾਗੇ ਔਰ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਕੁਛ ਨਾ ਕੁਛ ਬੰਦਾ ਬਣਦਾ ਵਾ ਤੇ ਸਟਾਰ ਬਣਦਾ ਵਾ ਤੇ ਅਗਰ ਅੱਜ ਛੋਟੇ ਲੈਵਲ ਤੇ ਖੇਡ ਰਿਹਾ ਵਾ ਤੇ ਇੱਕ ਦਿਨ ਮਾਸ਼ਾਅੱਲਾ ਵੱਡੇ ਲੈਵਲ ਤੇ ਵੀ ਜ਼ਰੂਰ ਖੇਡੇਗਾ ਅਗਰ ਇਹ ਮਿਹਨਤ ਕਰਦਾ ਰਿਹਾ ਤੇ ਇਸ